من الشيطان اللعين الرجيم بسم الله الرحمن سید الانبیاء والمرسلین صلوات دا پڑھنا عبادت ہے. الذی ہو زینۃ المسجد والمنبر والحنین والحضا والخیبر علی حق دائما مل کے نارا ہوئے حیدری قاتل اللمر مرحب والنمتر جاہد المنافقین ویاسو بالدین امیر سلام بلند صلوات الضارب بالساو فین الطائن برمه ضربت ولیا فی یوم الخندق افضل من نباضة الثقلین والد سبتین الحسن والحسین بلند صلوات بسم اللہ گھبرائے اتنے بیٹھے ہوا جب اللہ اس پیارے ذکر کا صدقہ تھوڑے اور میرے اللہ پاک گناہ معاف فرما پن کے بیٹھے ہو زندگی کا کوئی پتہ نہیں. بسم اللہ کہ پیارا ذکر آلے محمد پڑھ کے ذاکر کرتا عیب یا علی ابتدا ابتدا بسم اللہ والے گھرانے کو گھرانے کو جانے خود خدا نارا حیدری جیو اللہ باویں جیڑا نیک مقصد لے گیا ہے او زہرا دلال پورا کر کے ٹورے آمین. بسم اللہ کی بقا کے لیے کوئی شوبدہ بازی نہیں
ਭੇਣ ਅਤੇ ਵੀਰਾਂ ਦੀ ਮਿਹਨਤ 'ਤੇ 45-46 ਸਾਲ ਹੋ ਗਏ ਨੇ ਸਰਕਾਰ ਦੀ ਡਿਊਟੀ ਕਰਦੇ, ਅਕੀਦਤ ਨਾਲ ਪੜ੍ਹਦੇ ਹਾਂ ਮਲੰਗਾ ਨਾ ਸਹੀ ਨੇ, ਔਰ ਤੁਸੀਂ ਬੜੇ ਸਿਆਣੇ ਬੰਦੇ ਬੈਠੇ ਹੋ, ਹਿੱਕ ਹਨ ਜਾਪ ਹੋਏ ਆਵੇ ਖਲੂਸ ਨੀਅਤ ਨਾਲ, ਹੁਸੈਨ ਦੀ ਮਾਂ ਜੰਨਤ ਦੀ ਜ਼ਿੰਮੇਦਾਰ, ਐਡਾ ਉਜੜ ਹੋਇਆ ਹੈ ਜ਼ਹਰਾ ਦਾ ਨਾਮ। ਬਿਸਮਿਲ੍ਲਾ ਕੀ ਬਕਾ ਕੇ ਲੀਏ ਆਦੀ ਘੜੀ ਵੇ ਵੀਰ ਸ਼ਾਮ ਬਹੁੰਦੂਰ ਤੇ ਮੈਂ ਜ਼ੈਨਬ। ਬਿਸਮਿਲ੍ਲਾ ਕੀ ਬਕਾ ਕੇ ਲੀਏ ਮੋਮਿਨਾ ਘਰ ਵੀ ਦੀਆ ਲੁਟਾ। ਬਿਸਮਿਲ੍ਲਾ ਵਾਲੇ ਘਰਾਨੇ ਹੋ ਜ਼ਿੰਦਾ ਨਿਸ਼ਾਨ। ਮਾਰੋ ਮਾਰੋ ਦੀ ਆਵਾਜ਼, ਕੋਈ ਤੀਰ ਮਰੇਂਦਾ ਹੈ ਕੋਈ ਪੱਥਰ, ਕੋਈ ਨੇਜ਼ੇ ਮਰੇਂਦਾ ਹੈ ਕੋਈ ਤਲਵਾਰ। ਜਿਸ ਬੇਗੈਰਤ ਨੂੰ ਕੋਈ ਸ਼ਾਇਦ ਨਾ ਮਿਲਿਆ, ਗਰਮ ਰੇਤ ਜਾ ਕੇ ਜ਼ਖਮਾਂ ਤੇ ਸੱਟੇਣਾ। ਜ਼ਾਕਿਰ ਘਰ ਬੰਦੇ ਬੈਠੇ ਹੋ, ਆਖਿਰ ਸੱਕੀ ਭੈਣ ਆਈ ਪਾਕ ਅਲੀ ਦੀ ਧੀ ਨੇ ਖੈਮੇ ਦਾ ਲੜ ਹਟਾਇਆ ਹੈ, ਫਿਰਾ ਨਜ਼ਰ ਨਹੀਂ ਆਇਆ। ਉਸ ਵੇਲੇ ਹੁਕਮ ਦੇ ਕਿਆ ਦੀ ਜ਼ਮੀਨ ਉੱਚੀ ਹੋ, ਮੈਂ ਫਿਰਾ ਦਾ ਸਜਦਾ ਵੇਖਾਂ। ਸ਼ਹੀਦ ਆਜ਼ਮ ਅਲੈ ਸਲਾਮ ਦੀ ਆਵਾਜ਼ਾਂ ਦੀ ਜ਼ਮੀਨ ਛਿੱਕੀ ਹੋ, ਅਜਾ ਜਿੱਥੇ ਖੜੀ ਰਹੀਏ ਉੱਚੀ ਜਾਏ ਤੇ ਜਿੱਥੇ ਕੁਸਤਾ ਰਹਿ ਗਈ ਆਏ ਉਹ ਛਿੱਕੀ ਜਾਏ, ਉੱਚੀ ਜਾ ਤੇ ਖੜ ਕੇ ਆਦੀ ਆਏ ਵੇ ਪੜ ਨਮਾਜ਼ ਵੇ ਭੇਣ ਦੀ ਮਜਬੂਰੀ ਏਈ, ਵੇ ਭੇਣ ਦਾ ਵਸ ਨਹੀਂ ਲੱਗਦਾ ਈ ਵੇ ਵੇ ਮੈਂ ਸੁਣਿਆ ਏ ਸ਼ਾਮ ਦੇ ਰਜ਼ੀਲ ਲੋਗ ਮੈਂ ਜ਼ੈਨਬ ਜਾ ਪੁੱਛਿਆ ਫਜ਼ਲ ਮਾਸੂਮ
ਜਾ ਪੁੱਛਿਆ ਫਜ਼ਲ ਮੁਮਿਨਾ ਮਾਸੂਮਾ ਤੂੰ, ਮੈਂ ਭੁੱਲ ਨਹੀਂ ਗਿਆ, ਸਿਰ ਤੇਰੀ ਤਵੱਜੋ ਤਲਬਗਾਰ ਹਾਂ, ਕਿਆ ਪੁੱਛਿਆ ਇਸ, ਜਾ ਪੁੱਛਿਆ ਫਜ਼ਲ ਮਾਸੂਮਾ ਤੂੰ, ਤੈਨੂੰ ਦੇ ਕਦਮਾਂ ਤੇ ਹੱਥ ਲਾ ਕੇ, ਤੇਰੇ ਪਿਓ ਦਾ ਕਾਤਿਲ ਕਿਉਂ ਵਲ ਵਲ ਹੱਸਦਾ ਏ ਮੇਰੇ ਪਿਓ ਦੀ ਲਾਜ, ਜਾ ਕੇ ਉਹ ਤੇਰੇ ਪਿਓ ਦਾ ਕਾਤਿਲ ਕਿਉਂ ਵਲ ਵਲ ਹੱਸਦਾ ਏ ਮੇਰੇ ਪਿਓ ਦੀ ਲਾਜ, ਜਾ ਜਿਸ ਵਾਸਤੇ ਮੈਂ ਬੰਦ ਪੜਾਇਆ ਪੂਰੀ ਤਵਜਾ ਲਾ ਵਾਸਤੇ, ਕਰਬਲ ਵਿੱਚ ਹਾਸ਼ਮੀ ਹੋਰ ਵੀ ਤੇ ਕਿਉਂ ਨੀ ਦੇਂਦਾ ਤਾਂ ਜਾ ਕੇ, ਰੱਬ ਜਾਣੇ ਸ਼ਿਮਰ ਕੋ ਕਿਆ ਮਿਲਦਾ ਹੈ ਮੇਰੇ ਪਿਓ ਦੇ ਜ਼ਖਮ ਜ਼ਖਮ ਦੁਖਾ ਕੇ, ਰੱਬ ਜਾਣ ਟਾਈਮ ਥੋੜ੍ਹਾ, ਮਿਹਰਬਾਨੀ ਮੇਰੇ ਭਾਈਆਂ ਨੇ ਕੀਤੀ ਹੈ, ਚੰਦ ਮਿੰਟ, ਇੱਕ ਹਿੱਸਾ ਇਬਾਦਤ ਮੁਕੰਮਲ ਹੋ ਗਈ ਹੈ, ਬਕੀਆ ਇੱਕ ਹਿੱਸਾ ਹੈ ਸਰਕਾਰ ਵਫਾ ਜਨਾਬੇ ਅੱਬਾਸ ਦੇ ਬਾਬੇ ਦੀ ਸ਼ਾਨ ਦਾ, ਅਗਰ ਫਰਕ ਹੋਵੇ ਮਿਜ਼ਾਜ ਤਾਂ ਇੱਕ ਕਸੀਦਾ ਪੜ੍ਹ ਲਵਾਂ ਮੈਂ, ਜੇ ਸਾਰਾ ਹੀ ਸਲਾਹ ਹੋਵੇ ਤਾਂ ਪੜ੍ਹ ਲਵਾਂ ਕਸੀਦਾ ਜੀ, ਨਿਹਾਇਤ ਮਿਹਰਬਾਨੀ ਬਾਬਾ, ਹੌਸਲਾ ਅਫਜ਼ਾਈ ਦਾ ਬੇਹੱਦ ਸ਼ੁਕਰੀਆ, ਲੇਕਿਨ ਜੀ ਜੀ ਕਰਾਂ ਹਮਨੇ ਮਾਨਾ ਹਮਨੇ ਮਾਨਾ ਹਮਨੇ ਮਾਨਾ ਹਮ ਕਿਉਂ ਚੁੱਪ ਕਰ ਗਏ ਹੋ, ਹਮਨੇ ਮਾਨਾ ਹਮਨੇ ਮਾਨਾ ਹੱਥ ਛੋੜ ਕੇ ਬਣੇ ਹਮਨੇ ਮਾਨਾ ਹਮਨੇ ਮਾਨਾ ਹਮ ਦਵਾਰ ਕਿਹਨੂੰ ਮੰਨਦਾ ਹੈ, ਹਮ ਥੋੜ੍ਹੀ ਜਿਹੀ ਮੁਸ਼ਕਿਲ ਤਰਜ਼ ਹੈ, ਗੁਰੂ ਜੀ ਵੀ ਤੋਂ ਮਾਫ਼ੀ ਦੇ ਸੋ, ਹਮਨੇ ਮਾਨਾ ਹਮ ਚਲੋ ਬੋਲੇਂਦੇ ਨਹੀਂ ਉਹ ਸਿਰ ਤਾਂ ਮਾਰੋ, ਹਮਨੇ ਮਾਨਾ ਹੈ ਅਲੀ, ਲੱਖ ਹਕੂਮਤਾਂ ਤਬਦੀਲ ਹੋਵੇ ਨਾ ਹਮਨੇ ਮਾਨਾ ਅਲੀ, ਮੌਲਾ ਕੋਈ ਮਾਂ ਕੀ ਤਰ੍ਹਾਂ ਹਮਨੇ ਮਾਨਾ ਹੋਇ ਅਲੀ ਜੋੜੀ
گزر جگرنا ہم نے مانا مہربانی سرکار تھوڑی دنیوں میں ہم نے مانا ہے علی اساں جھلے نہیں ہم نے مانا ہے بولو مانا ہے علی مولا کو ایمان کی طرح یہ حقیقت ہے وہ تھا بولتے قرآن گھبرا کیوں گئے ہو پڑھتا میں میاں لاکھ چن چن کے بھی اور جاٹ کھلاؤ گے جسے لاکھ چن چن لاکھ چن چن کے لاکھ چن لاکھ چن چن لاکھ چن چن نسحری سر تا مارو نسحری کو نہ دو کیوں وہ بہکا ہے کبھی غور ذرا آپ کرو تھا علی ایسا کہ لگتا تھا وہ یزدان کی طرح ہم نے مانا مالا تو نواز سلامت رکھے تھوڑا حکم برو ہو گیا ہوں ایک شعر میں آدھی مسجد پڑھتا ہوں ابھی خوش ہے چونکہ وہ بھی بہت میں مومنین ہیں اس واسطے میں ضروری سمجھنا ایک بار بس میری نوکری ہو گئی پرانے نیاز مند ہیں تھوڑے اللہ تو نواز سلامت رکھے عربیاں گل گل بیٹھ جاؤ بھائی شابش ہوں میں کلا ہو گیا ٹھیک ہے تھوڑا تامن چاہیے گل مہربانی سر گل 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 زوار سال بعد آئے تھاول پھر گل گل لا دیتی ہے وہ گل مکمل تک کر بھائی تھوڑی توجہ ہوگی تو میں گل مکمل کر فرزنی ہوئے گل او گل ہر شانت چھڑی انجام ہو گیا
فرشات آیا علی نام ہو گیا او گلے ریشانت چھڑی سونی سلوار کیا بات ہے جناب، نہایت مہربانی حضور، اللہ تو نواز و سلامت رکھے، گلا ارشانت چھڑی انجام ہو گیا رب فرشان دے آیا علی بولو علی تھوڑی جہور اچھے رہا علی پردہ میں پیاں علی نام ہو گیا سرکار شیر جناب نظر کرنا چاہنا تے دعا لونا چاہنا تھوڑی توجہ علی نام ہو گیا علی بن یہ جڑا آدمی ہے جی گولتی ہوئے تو معافی دی ہوئے علی بن عبادتان نے ساریاں ادھوریاں علی وچ اللہ دیاں صفتاں نے پوریاں او جیندا نجاف وچ آ کہ قیام ہو گیا اے جو سمجھے کہ اللہ دا سلام ہو گیا گلے ریشانت چھڑی کیوں حیران ہو گئے سونا نہایت مہربانی نہایت مہربانی نہایت مہربانی اللہ تمہیں آباد و سلامت رکھے جی میں نوکر تاری زندگی ہو گئی یہ تاری دعا کا سبق ہے لاؤ ساری پڑھائی دا قصیدے دا میں ریزلٹ آؤٹ کرنا چاہنا اللہ دا سلام ہو گیا قیام ہو گیا نام ہو گیا ٹھیک ہے بہت پیارا شعر ہے جناب دی نظر کرنا چاہنا پوری توجہ بڑا فضائل دا بہترین شعر سرکار نیاز حسین مکی کربل وچ مکی 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 کربل وچ حق دی لڑائی ہے مومنا گل دی نہ توں ہے ٹری نسلاں تے آئی ہے او بول تو صحیح میرے نال بول تو صحیح نا گل دی نہ توں ہے ٹری نسلاں تے آئی او سفیان دا پوتا ناکام ہو گیا عمران دا پوتا اسلام ہو گیا گلے ریشاں تے چھڑی جی کرا میں نوکر میں نوکر اے میرے بھائی پیادر شیر دوبارہ پڑھو تھوڑی صلاح ہے بابا یہ تھوڑی صلاح بھی جوانیاں مانو تو ہاتھ کھڑا کر کے نارا ہے مکی کربل وچ مکی علی حق کے سانو پاک کے علی ہولے کیوں بولتے ہو او بابا ہوں تو اکثریت ہے بیٹھا کلا ہے پیری جتی نہیں گل کرتا نہیں ایکو لنگوڑ دشمن دا شہر ہاتھ بلند کر گیا تھا کوئی منے بھاوے نہ منے مینو پاکے علی حق مکی کربل وچ حق دی لڑائی ہے گل دی نہ توں ہے ٹری نسلاں تے آئی او صوفیاں دا پوتا ناکام ہو گیا عمران دا پوتا اسلام ہو گیا گلے ریشاں تے چھڑی
ਬਾਬਾ ਜੀ ਜ਼ਿੰਦਗੀ ਕੋਈ ਪਤਾ ਨਹੀਂ। ਜਿਸ ਵੇਲੇ ਆਇਆ ਨਾ ਤੇ ਮੈਨੂੰ ਕਾਫੀ ਮੋਮਨਾ ਆਖਿਆ ਤੁਸੀਂ ਕਸੀਦਾ ਪੜ੍ਹਾ ਜਨਾਬ ਸੁਲਤਾਨ ਜ਼ਾਕਰੀਨ ਸਾਹਿਬ ਦਾ, ਤੇ ਇੱਕ ਸ਼ੇਰ ਤਾਂ ਪੜ੍ਹ ਸਕਿਓ ਹੈ ਤੇ ਬੇਸ਼ੱਕ ਨਾ ਪੜ੍ਹ ਸਾ ਮਸਾ ਮੇਰੇ ਭਾਈ ਪੜ੍ਹ ਸਕਣ ਚਾਹ ਤੇ ਇੱਕ ਸ਼ੇਰ ਮੈਂ ਪੜ੍ਹਨਾ ਚਾਹੁੰਦਾ। ਸੁਲਤਾਨ ਜ਼ਾਕਰੀਨ ਗੁਜ਼ਰਤੇ ਰਹੇ ਕਾਰਵਾਂ ਕੈਸੇ ਕੈਸੇ, ਜ਼ਮੀਂ ਖਾ ਗਈ ਨੌਜਵਾਨ ਕੈਸੇ ਕੈਸੇ, ਜਨਾਬ ਗੁਲਾਮ ਕੰਬਰ ਸਾਹਿਬ ਨਬੀ ਦਾ ਫਰਮਾਨ ਸੁਣ ਲਓ ਮੇਰਾ ਈਮਾਨ। ਕਿਉਂ ਚੁੱਪ ਕਰ ਗਏ ਹੋ? ਨਬੀ ਫਰਮਾਇੰਦਾ ਹੈ ਆਹ ਕੈਸੇ ਕੈਸੇ ਲੋਕ ਹੈ ਕਬਰਾਂ ਦੀ ਜ਼ੀਨਤ ਬਣ ਗਏ, ਉਹ ਲਿਖ ਗਏ ਨਬੀ ਫਰਮਾਇਆ ਹੈ ਸੁਣੋ 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 ਸਰਕਾਰ ਫਰਮਾਉਂਦੇ ਨੇ ਕਿਆ ਬਾਤ ਹੈ, ਸੁਣੋ ਸੁਣੋ ਮੇਰੀ ਪੂਰੀ ਏ ਆਰਜ਼ੂ ਕਰਨਾ, ਮੇਰੀ ਤਰ੍ਹਾਂ ਮੇਰੀ ਇੱਜ਼ਤ ਕੀ ਆਬਰੂ ਕਰਨਾ, ਸੁਣੋ 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 ਸੁਣੋ। ਸਰਕਾਰ ਫਰਮਾਏ ਦਿਨ ਅਗਰ ਮੈਂ ਚਾਹੂੰ ਤੋ ਯੇ ਮੇਰੇ ਸਿਤਾਰੇ ਹੈਂ, ਕਿ ਆਪਣੀ ਜਾਨ ਸੇ ਬੜ ਕਰ ਯੇ ਮੁਝਕੋ ਪਿਆਰ। ਸਰਕਾਰ ਫਰਮੇ ਦਿਨ ਪਿਆਰ ਇਨਸੇ ਮੇਰੇ ਜੈਸਾ ਹੂ ਬਹੂ ਕਰਨਾ, ਇਹੋ ਵੇਲਾ ਅਲੀ ਦੀ ਧੀ ਆਈ ਬੈਠੀ ਹੈ, ਇਹੋ ਵੇਲਾ ਅੱਲਾਹ ਤੁਹਾਡੀ ਇਬਾਦਤ ਕਬੂਲ ਫਰਮਾ, ਜ਼ਿੰਦਗੀ ਬਾਕੀ ਤੋਂ ਮੁਲਾਕਾਤ ਬਣੀ। ਚਾਚੇ ਜਾਏ ਦੀ ਆਮਦ ਤੇ ਅਲੀ ਦੀ ਧੀ ਦੋਹਾਂ ਧੀਆਂ ਦੇ ਪਾਸੇ ਦੇਖ ਕੇ ਆਦੀਆਂ, ਮੇਰੀਆਂ ਧੀਆਂ ਮੈਨੂੰ ਆਸ ਲੋ ਮੈਂ ਤੁਹਾਡੇ ਪਿਓ ਦਾ ਇਸਤਕਬਾਲ ਕਰੇਗੀ, ਜਿਹੜੀ ਹੈ ਕੀਤੀ ਬਸ ਮੇਰੀ ਹੋ ਗਈ। ਮੇਰੇ ਅਲੀ ਦੀਦੀ ਦੋਵੇਂ ਹੱਥ ਮੱਥੇ 'ਤੇ ਰੱਖਣ ਅਤੇ ਜਨਾਬ ਅਬਦੁੱਲਾ ਦੀ ਢਾਹ ਨਿਕਲ ਗਈ ਹੈ। ਫਰਮੇ ਦਿਨ ਆਉਣ ਮੁਹੰਮਦ ਦੀ ਅਮੜੀ, ਮੈਨੂੰ ਪੁੱਤਰਾਂ ਦਾ ਅਰਮਾਨ ਹੀ ਨਹੀਂ ਚੁੱਕੇ ਉਹ ਹਨ ਸਦਕਾ, ਬਸ ਮੇਰਾ ਇੱਕੋ ਸਵਾਲ ਹੈ ਜ਼ੈਨਬ ਕੁਝਾ ਤੇ ਕਿਸਨੀਆਂ ਤੇ ਲਾਲ ਨਿਸ਼ਾਨ ਕੁਝਾ। ਢਾਹ ਨਿਕਲ ਗਈ ਹੈ ਪਾਕ ਬੀਬੀ ਦੀ, ਬੀਬੀ ਆ ਰਹੀ ਹੈ ਨਾਸਾਰ ਅਸੀਰੀ ਦੇ ਚਾਚੇ ਜਾਇਆ ਇੱਕ ਸਾਲ ਮੈਂ ਕੈਦ ਰਹੀਆਂ, ਪਾਜ਼ੇ ਵਰਵੀਰ ਦੀ ਉਲਫਤ ਦੇ ਵਨ ਪੇਸ਼ ਕਚਾਰੀ ਬਲਾ ਨੇ ਅੱਲਾ ਲਾਨ ਤੁਲਾ ਹੋ ਗਈ ਜ਼ਮੀਨ ਅਹਿਲ ਬੈਤ ਦੀ ਸ਼ੀਨ ਤੇ ਲਾ ਲੈ। ਵਾਪਸ ਮਦੀਨੇ ਲੌਟ ਕੇ ਆਏ ਨਾ ਫਿਰ ਹੁਸੈਨ, ਯਾਰ ਅਬ ਕਿਸੀ ਗਰੀਬ ਕਾ ਐਸਾ